ਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ نیوز ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਪੰਜਾਬ ਦੇ ਇਨਾ 16 ਜ਼ਿਲ੍ਹਿਆਂ 바ਰੇ ਹੋਨੇ ਹੋਨੇ ਆਈ ਵੱਡੀ ਖਬਰ ਲੋਕਾਂ ਨੂੰ ਪੈ ਗਈਆਂ ਫਿਕਰਾਂ ਤਾਜ਼ਾ ਵੱਡੀ ਖਬਰ ਆਈ ਹੈ ਜੀ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਤੇ ਜਿਨ੍ਹਾਂ ਨੇ ਆਨਲਾਈਨ ਸ਼ਾਪਿੰਗ ਕਰਨੀ ਹੈ ਲਿੰਕ ਡਿਸਕ੍ਰਿਪਸ਼ਨ 'ਚ ਹੈ ਉੱਥੇ ਜਾ ਕੇ ਤੁਸੀਂ ਆਨਲਾਈਨ ਸ਼ਾਪਿੰਗ ਕਰ ਸਕਦੇ ਹਾਂ ਸੂਬਾ ਸਰਕਾਰ ਵੱਲੋਂ ਤੇ ਕਰੋਨਾ ਢਾਲ ਪਾਉਣ ਦੇ ਲਈ ਬਹੁਤ ਸਾਰੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਹਥੇ ਕਰੋਨਾ ਕੇਸਾਂ ਵਿੱਚ ਆਈ ਕਮੀ ਨੂੰ ਦੇਖ ਤੋਂ ਇਹਨਾਂ ਹਦਾਇਤਾਂ ਵਿੱਚ ਟੈਲ ਕਿੱਤੀ ਗਈ ਹੈ। ਸੂਬਾ ਸਰਕਾਰ ਵੱਲੋਂ ਕਰੋਨਾ ਨੂੰ ਢਾਲ ਪਾਉਣ ਲਈ ਕਰੋਨਾ ਟਿਕਾ ਕਾਰਨ ਕਰੋਨਾ ਟੈਸ ਦੇ ਸਮਰਥਨ ਉਹਦਾ ਦਿੱਤਾ ਗਿਆ ਸੀ ਜਿਸ ਨਾਲ ਲੋਕਾਂ ਨੂੰ ਪ੍ਰਭਾਵਿਤ ਹੋਣ ਤੋਂ ਬਚਾਇਆ ਜਾ ਸਕੇ। ਉਹਥੇ ਸੂਬੇ ਦੇ ਅੰਦਰ 18 ਸਾਲ ਤੋਂ ਉਪਰ ਉਮਰ ਦੇ ਵਰਗ ਦੇ ਲੋਕਾਂ ਦਾ ਟਿਕਾ ਕਰਨ ਰਾਮ ਕੀਤਾ ਗਿਆ ਸੀ। ਜਿੱਥੇ ਪਹਿਲਾ ਹੈ ਉਮਰ ਹੱਦ 45 ਸਾਲ ਤੱਕ ਸੀ ਹੁਣ 18 ਸਾਲ ਤੋਂ ਉੱਪਰ ਦੇ ਲੋਕਾਂ ਲਈ ਸ਼ੁਰੂ ਕੀਤਾ ਹੈ ਪੰਜਾਬ ਦੇ 16 ਜ਼ਿਲ੍ਹਿਆਂ ਬਾਰੇ ਹੁਣੇ ਵੱਡੀ ਖਬਰ سامنے ਆਈ ਹੈ ਜਿੱਥੇ ਲੋਕਾਂ ਨੂੰ ਫਿਕਰ ਪੈ ਗਈ ਹੈ ਜਿੱਥੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਕੋਰੋਨਾ ਟਿਕਾਣ ਕੀਤਾ ਜਾ ਰਿਹਾ ਹੋ ਤੇ 16 ਜ਼ਿਲ੍ਹਿਆਂ ਵਿੱਚ ਕੋਰੋਨਾ ਵੈਕਸੀਨ ਦਾ ਸਟਾਕ ਖਤਮ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ ਵੈਕਸੀਨ ਦੀ ਸਪਲਾਈ ਨਾ ਹੋਣ ਕਾਰਨ ਸੰਕਟ ਵੱਧ ਗਿਆ ਹੈ ਕਿਉਂਕਿ ਸਾਤਹੂਰ ਜ਼ਿਲ੍ਹਿਆਂ ਵਿੱਚ ਸਿਰਫ ਇਕ ਤੋਂ 2 ਦਿਨ ਦਾ ਸਟਾਕ ਬਚਿਆ ਹੈ ਹੁਣ ਤੱਕ ਸੂਬੇਂਦਰ ਅਸਤੀ ਲੱਖ ਲੋਕਾਂ ਦਾ ਟਿਕਾਣ ਕੀਤਾ ਜਾ ਚੁੱਕਾ ਹੈ ਹਜੇ ਤੱਕ 1 ਕਰੋੜ ਦੀ ਆਬਾਦੀ ਨੂੰ ਪੂਰਾ ਨਹੀਂ ਕੀਤਾ ਗਿਆ ਮੁੱਖ ਮੰਤਰੀ ਨੇ ਗ੍ਰਹਿ ਜ਼ਿਲੇ ਵਿੱਚ ਵੀ ਸ਼ੁੱਕਰਵਾਰ ਵਿੱਚ ਲਈ ਸਿਰਫ 300 ਡੋਜ਼ ਹੀ ਬਚਾਈਆਂ ਬਰਨਾਲਾ ਦੇ ਮਹੱਲੇ ਚ ਢਾਈ ਢਾਈ ਤੋਂ ਲੋਕਾਂ ਨੂੰ ਵੈਕਸੀਨ ਲੱਗੀਆਂ ਨਵਾਂ ਸ਼ਹਿਰ ਚ 370 ਡੋਜ਼ ਬਾਕੀ ਨੇ ਜ਼ਿਲ੍ਹਾ ਜਲੰਧਰ ਦੇ 7 ਕੇਂਦਰਾ ਵਿੱਚ 2490 ਡੋਜ਼ ਲਗਾਈਆਂ ਗਈਆਂ ਕੋਵਿਡ ਸ਼ੀਲ ਖਤਮ ਹੋ ਚੁੱਕੀ ਹੈ ਉਥੇ ਕੋਵੈਕਸ਼ਨਸ ਦੀਆਂ 3200 ਡੋਜ਼ ਬਚੀਆਂ ਤਰਨਤਾਰਨ ਵਿੱਚ 900 ਲੋਕਾਂ ਦਾ ਟੀਕਾ ਨਹੀਂ ਕੀਤਾ ਜਾ ਸਕਿਆ ਹੈ ਤੇ 2000 ਡੋਜ਼ ਮੌਜੂਦ ਨੇ ਹੁਸ਼ਿਆਰਪੁਰ ਵਿੱਚ 200 55 ਲੋਕਾਂ ਦਾ ਟੀਕਾ ਲਗਾਇਆ ਚੁੱਕਿਆ ਹੈ ਤੇ 6200 ਡੋਜ਼ ਮੌਜੂਦ ਨੇ ਜਿਨ੍ਹਾਂ ਵਿੱਚ ਇਸ ਵਕਤ ਵੈਕਸੀਨ ਖਤਮ ਹੋ ਚੁੱਕੀ ਹੈ ਉਹਨਾਂ ਜ਼ਿਲ੍ਹਿਆਂ ਵਿੱਚ ਫਤਿਹਗੜ੍ਹ ਸਾਹਿਬ ਮੌਜੂਦ ਹੈ मोगेची वैक्सीन खतम हो गया, नाल नाल फाजिलका कपूरथला फिरोजपूर मुक्तसर फरीदकोट रूपनगर गुरदासपुर पठानकोट मानसा बठिंडा मलेरकोटला संगरूर अमृतसर लुधियाणा शामने खबर देख